ਜਿਹੜਾ ਮੈਨੂੰ ਵੇਖੇ ਸਿੱਧਾ ਜਾਏ ਜੰਨਤ। ਲੋਕੀ ਨਿਕਲ ਕੇ ਘਰਾਂ ਚੋਂ ਬਾਹਰ ਆ ਗਏ, ਅੱਜ ਵੇਖੀਏ ਜੇ ਹੱਥ ਆਏ ਜੰਨਤ। ਲੋਕੀ ਨਿਕਲ ਕੇ ਉਹ ਘਰਾਂ ਚੋਂ ਬਾਹਰ ਆ ਗਏ, ਅੱਜ ਵੇਖੀਏ ਜੇ ਹੱਥ ਆਏ ਜੰਨਤ। ਅੱਖ ਇੱਕ ਮੁਰੀਦ ਮੈਂ ਦੇਖਾਂ ਚਿਸ਼ਤੀ, ਜਗ ਪੀਰ ਕੋਲੋਂ ਕਿਉਂ ਨਾ ਪਾਈਏ ਜੰਨਤ। ਅੱਖਾਂ ਬੰਦ ਕਰਕੇ ਉੱਥੋਂ ਦੌੜਿਆ ਸੀ, ਗੰਜ ਸ਼ੰਕਰ ਕੋਲੋਂ ਜਾ ਕੇ ਪਾਈਏ ਜੰਨਤ। ਗੰਜ ਸ਼ੰਕਰ ਆ ਕੇ ਕਹਿਣ ਲੱਗਾ, ਬਾਹਵਲਾ ਮੁਲਤਾਨੀ ਨੇ ਇਹ ਐਲਾਨ ਕੀਤਾ, ਜਿਹੜਾ ਮੈਨੂੰ ਵੇਖੇ ਸਿੱਧਾ ਜਾਏ ਜੰਨਤ। ਗੱਲ ਸੁਣ ਫਰੀਦ ਫਰਮਾਨ ਲੱਗੀ, ਸਾਡੇ ਘਰ ਦੀਵਾਨਿਆਂ ਆਏ ਜੰਨਤ। ਫਿਰ ਸਾਡਾ ਤੇ ਦੇਖਣਾ ਇੱਕ ਪਾਸੇ, ਉਹ ਜਿਹੜਾ ਤੈਨੂੰ ਦੇਖੇ ਸਿੱਧਾ ਜਾਏ ਜੰਨਤ। ਮੇਰੇ ਦਾਦਾ ਤੇ ਦੇਖਣਾ ਇੱਕ ਪਾਸੇ, ਜਿਹੜਾ ਤੈਨੂੰ ਵੇਖੇ ਸਿੱਧਾ ਜਾਏ ਜੰਨਤ। ਗੁਮਰੀਨ ਕੀ ਕਹਿੰਦਾ ਹੈ, ਗੱਲਾਂ ਹਰ ਤਾਂ ਹੁਣ ਫਰੀ ਜੀ।
ਵੇਖੋ
ਫਿਰ ਇਸ਼ਕ ਤਖਤ ਤੇ ਬਿਠਾਉਂਦਾ। ਕਿਉਂਕਿ ਸਰਕਾਰ ਫਕੀਰ ਬਣਨਾ ਬੜਾ ਔਖਾ ਹੈ, ਆਸ਼ਕ ਬਣਨਾ ਬੜਾ ਔਖਾ ਹੈ, ਜਿਹਨੇ ਜਿਹਨੇ ਇਸ਼ਕ ਕੀਤਾ ਬਾਬਾ ਜੀ। ਕੋਈ ਕੱਚੇ ਘੜੇ ਤੇ ਤਰਿਆ, ਕੋਈ ਸੂਲੀਆਂ ਤੇ ਚੜਿਆ, ਕੋਈ ਚਰਖੜੀਆਂ ਦੇ ਵਿੱਚ ਚੜਾਇਆ। ਆਸ਼ਕ ਲੋਕ ਬਾਬਾ ਜੀ ਹਜ਼ੂਰ ਦੀ ਸ਼ਾਨ ਦੇ ਅੰਦਰ ਬਿਲਕੁਲ ਨਵਾਂ ਕਲਾਮ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਆਸ਼ਕ ਲੋਕ ਬਾਬਾ ਜੀ ਕੀ ਫਰਮਾਉਂਦੇ ਨੇ? ਆਸ਼ਕ ਲੋਕ ਕੀ ਕਹਿੰਦੇ ਨੇ? ਉਹ ਸਹੀਓ ਨਾਲ ਚੰਗੀ ਤੁਜਾ ਰੱਖਿਆ ਨਹੀਂ ਜਾਂਦਾ, ਨਾਲ ਚੰਗੀ ਤੁਜਾ ਰੱਖਿਆ ਨਹੀਂ ਜਾਂਦਾ।
ਯਾਰ ਯਾਰ ਤੇ ਹਰ ਕੋਈ ਕਰਦਾ ਯਾਰ ਯਾਰ ਤੇ ਹਰ ਕੋਈ ਕਰਦਾ ਜਦੋਂ ਪਵੇ ਮੁਸੀਬਤ ਭਾਰੀ ਫਿਰ ਕੋਈ ਨਹੀਂ ਖੜਦਾ ਹਰ ਕੋਈ ਕਹਿੰਦਾ ਜਦੋਂ ਪਵੇ ਮੁਸੀਬਤ ਪਾਰੀ ਫਿਰ ਕੋਈ ਨੇੜੇ ਖੜਦਾ ਜਦੋਂ ਇਨਸਾਨ ਤੇ ਮਾੜਾ ਟਾਈਮ ਆਉਂਦਾ ਬਾਬਾ ਜੀ ਘਰ ਦੇ ਵਿੱਚ ਗਰੀਬੀ ਆ ਜਾਵੇ ਉਸ ਵੇਲੇ ਸਾਰੇ ਜਾਣੇ ਸਾਥ ਛੱਡ ਦਿੰਦੇ ਆ ਜਦੋਂ ਪਵੇ ਮੁਸੀਬਤ ਭਾਰੀ ਫਿਰ ਕੋਈ ਨੀ ਨੇੜੇ ਖੜਦਾ ਤੇ ਮੈਂ ਗੱਲਾਂ ਨਹੀਂ ਕਹਿ
Thank you.
ਸਟਾਪ ਹੈ ਨਾ, ਕਰਦੇ ਸਟਾਪ।